ਸਾਂਝ ਆਪਣੀ ਸੋਹਣੀ ਚਾਦਰ ਵਿਛਾਈ, ਸੋਹਣੀ ਚਾਦਰ ਵਿਛਾ ਕੇ ਤਾਂ ਕਹਿਣ ਵਿੱਚ ਰੱਖੋ। ਕਿਤਨੇ ਟੱਬਰ ਹੋ? ਚਾਰ। ਫਰਮਾਇਆ ਇੱਕ ਇੱਕ ਕੋਨਾ ਫੜ ਲਓ, ਲੜਨ ਦੀ ਵੀ ਕੋਈ ਲੋੜ ਨਹੀਂ। ਇਹ ਤਰੀਕਾ ਮੈਂ ਯਾਦ ਹੈ ਕਿ ਲੋਕਾਂ ਨੂੰ ਇਕੱਠਿਆਂ ਕਰੀਦਾ, ਲੋਕਾਂ ਨੂੰ ਦੂਰ ਨਹੀਂ ਕਰੀਦਾ। ਭਰਾ ਆਪੇ ਆਹਿਸਤਾ ਆਹਿਸਤਾ ਮੁਕਾਨੇ ਆਪਾਂ, ਇਨਸ਼ਾਅੱਲਾ ਮੁਕਣਾ। ਜਜ਼ਬਾਤੀ ਹੋਇਆ ਗੱਲਾਂ ਹੋਣੀਆਂ ਨੇ ਕਿ ਦੂਜੇ 'ਤੇ ਹਿੱਟ ਕੀਤੇ ਆ। ਖਬਰਦਾਰ, ਮੇਜ਼ ਤੋਂ ਕੋਈ ਆਦਮੀ ਗਲਤ ਲਫ਼ਜ਼ ਨਾ ਬੋਲੇ। ਉਹ ਤਾਂ ਨਾਰਾ ਇੱਕ ਅਨਪੜ੍ਹ ਆਦਮੀ ਉੱਠ ਕੇ ਉਹਦੇ ਬਾਰੇ ਨਾਰਾ ਇੱਧਰ ਹੀ ਆਖ ਦੇਗਾ, ਲੇਕਿਨ ਨੁਕਸਾਨ ਤਾਂ ਅਦਾਦਾਰੀ ਦਾ ਹੋਏਗਾ। ਉਹਨੂੰ ਥੋੜ੍ਹਾ ਜਿਹਾ ਸ਼ੌਰ ਹੋਣਾ ਚਾਹੀਦਾ ਕਿ ਅਸਾਂ ਇਸ ਮੁਲਕ ਦਾ ਵੀ ਤਕੱਦਸ ਵੇਖਣਾ ਹੈ, ਇਸਲਾਮ ਦਾ ਤਕੱਦਸ ਵੀ ਵੇਖਣਾ ਹੈ, ਮੁਸਲਮਾਨ ਦੇ ਜਿਸਮ 'ਤੇ ਮੁਸਲਮਾਨ ਦਾ ਖੂਨ ਨਹੀਂ ਵੇਖਣਾ ਚਾਹੀਦਾ। ਇਤਰਾਮ ਕਰੋ ਇੱਕ ਦੂਸਰੇ ਦਾ, ਪਿਆਰ ਕਰੋ ਇੱਕ ਦੂਸਰੇ ਨਾਲ, ਮਸਲਿਆਂ ਦਾ ਇਖਤਲਾਫ ਇਹ ਕਰ ਲਓਗੇ। ਆਓ ਕਾ ਛੋਟੀ ਜਿਹੀ ਗੱਲ ਕਰੀਏ ਅਤੇ ਬਾਤ ਖਤਮ ਕਰੀਏ। ਰੌਲਾ ਤੁਹਾਡਾ ਕੀ ਹੈ ਸੁਨੀਸ਼ੀ? ਇਹਦਾ ਤੁਹਾਡਾ ਤਾਂ ਰੌਲਾ ਹੀ ਕੋਈ ਨਹੀਂ। ਉਂਝੇ ਮੂੰਹ ਸੁਜੇ ਨੇ, ਕਸਮ ਕੁਰਾਨ ਦੀ, ਤੁਸਾਂ ਮੂੰਹ ਚੁੱਕੇ ਸੁਜਾਏ ਨੇ ਅਤੇ ਵਿੱਚੋਂ ਗੱਲ ਏਡੀ ਕੋਈ। ਜ਼ਰਾ ਵੱਲ ਕਰਕੇ ਬੋਲਿਆ, ਗਰਮੀ ਲੱਗਣ ਲੱਗ ਪਈ ਹੈ। ਹਾਂ, ਸਾਰੇ ਬੋਲਿਆ ਜੇ ਅੱਲਾ ਇੱਕ ਵੱਲ ਬੋਲੋ, ਅੱਲਾ। ਹੁਣ ਮੈਂ ਨੀਵਾਂ ਬੋਲਣਾ, ਤੁਸਾਂ ਉੱਚਾ ਬੋਲਣਾ। ਅੱਲਾ, ਰਸੂਲ, ਕੁਰਾਨ, ਕਾਬਾ, ਨਮਾਜ਼, ਰੋਜ਼ਾ, ਹੱਜ, ਜ਼ਕਾਤ, ਦਾੜੀ, ਸ਼ਰਮ, ਹਯਾ, ਈਮਾਨ, ਕੁਰਾਨ, ਕਾਬਾ, ਹਰ ਸ਼ੈਖ, ਜਬਰੀਲ, ਮਿਕਾਈਲ, ਇਸਰਾਫੀਲ, ਜਨਾਜ਼ਾ, ਕਬਰ, ਕਿਆਮਤ, ਅਤੇ ਤੁਹਾਨੂੰ ਹੋਇਆ ਕੀ? ਉਹ ਕੱਢੂ ਕੀ ਉਹ ਲੜਾਈ ਚੋ? ਇਹ ਇੱਕ ਗੱਲ ਦਾ ਤੁਹਾਡਾ ਰੌਲਾ ਹੈ ਕਿ ਰਸੂਲ ਦੇ ਬਾਅਦ ਰਸੂਲ ਦੇ ਵਾਰਸ ਆਲੇ ਜਾਂ ਅਸਹਾਬ ਹੈ? ਬਾਈ ਕੋ ਬਈ ਆਲ ਵਾਰਸ ਹੈ ਜਾਂ ਅਸਹਾਬ? ਮੈਂ ਮਿਸਾਲ ਦਿੰਦਾ, ਤੁਹਾਨੂੰ ਮੁਸ਼ਕਲ ਹੋ ਗਿਆ ਤੁਹਾਡੇ ਵਾਸਤੇ। ਇੱਕ ਹੁੰਦਾ ਹੈ ਇਖਤਲਾਫ, ਇੱਕ ਹੁੰਦਾ ਹੈ ਇਖਤਲਾਫ ਦੀਆਂ ਇਲਾਮਤਾਂ। ਮੈਨੂੰ ਬੁਖਾਰ ਹੋ ਗਿਆ, ਮੈਂ ਹਕੀਮ ਕੋਲ ਗਿਆ, ਨਬਜ਼ ਵਿਖਾਈ। ਹਾਂ, ਉਹਨੇ ਕਿਹਾ ਸ਼ਾਹ ਬੁਖਾਰ ਹੈ ਤੈਨੂੰ? ਮੈਂ ਕਿਹਾ ਜੀ ਬੁਖਾਰ ਨਹੀਂ, ਖਾਣ 'ਤੇ ਦਿਲ ਨਹੀਂ ਕਰਦਾ, ਪੀਣ 'ਤੇ ਦਿਲ ਨਹੀਂ ਕਰਦਾ, ਬੋਲਣ 'ਤੇ ਦਿਲ ਨਹੀਂ ਕਰਦਾ, ਉੱਠਣ 'ਤੇ ਦਿਲ ਨਹੀਂ ਕਰਦਾ, ਕਿਸੇ ਨਾਲ ਸਲਾਮ ਦੁਆ 'ਤੇ ਦਿਲ ਨਹੀਂ ਕਰਦਾ, ਉੱਠ ਕੇ ਖਲੋਵਾਂ ਅੱਖਾਂ ਅੱਗੇ, ਤੁਰਾਂ ਦਫ਼ਤਰ ਜਾਣ 'ਤੇ ਦਿਲ, ਮੱਝੀ ਚੋਣੇ 'ਤੇ ਦਿਲ। ਹੋ ਸਕਿਆ ਖੈਰ ਹੈ, ਕੋਈ ਨਹੀਂ, ਬੁਖਾਰ ਪੁਰਾਣਾ ਹੈ। ਉਹਦੀਆਂ ਇਲਾਮਤਾਂ ਨੇ। ਉਹ ਜੈਸੇ ਬੁਖਾਰ ਠੀਕ ਹੋ ਗਿਆ ਨਾ, ਇਹ ਆਪਣੇ ਆਪ ਕੁਰਾਨ ਦੀ ਕਸਮ ਹੈ ਤੁਹਾਡਾ ਇੱਕੋ ਹੈ ਵੀ ਨਬੀ ਦੇ ਵਾਰਸ ਅਸਹਾਬ ਨੇ ਜਾਂ ਨਬੀ ਦੀ ਵਾਰਸ ਆਲ ਹੈ। ਇਹ ਤੁਹਾਡਾ ਪੁਰਾਣਾ ਬੁਖਾਰ ਹੈ, ਜੈਸੇ ਇਹ ਠੀਕ ਹੋ ਗਿਆ, ਇਲਾਮਤਾਂ ਆਪਣੇ ਆਪ ਕੋ ਸਮਝ ਆ ਰਹੀ ਹੈ ਮੇਰੀ ਗੱਲ ਦੀ? ਵੱਲ ਕਰਕੇ ਬੋਲੋ ਜ਼ਰਾ ਖੁੱਲ੍ਹਾ ਕਰ। ਜਨਾਬ ਮੇਰੇ ਸੁਨੀਸ਼ੀਆ ਬਾਈ, ਦੋਵੇਂ ਘਰ ਬੈਠੇ ਹੋ, ਇਹ ਵੇਖੋ ਬਈ ਮੌਤ ਕਰੀਬ ਜੇ ਹੋ ਭਾਈ, ਮੈਂ ਤਾਂ ਕਬਰੇ ਜਾਣਾ ਜੇ ਮੇਥੋਂ ਤਾਂ ਫਸਾਦ ਜ਼ਮੀਨ ਚੋਂ ਕਰਨ ਨਹੀਂ ਹੁੰਦਾ। ਅੱਲਾ ਪਿਆ ਫਰਮਾਉਂਦਾ ਮੈਂ ਹਰ ਗੁਨਾਹ ਮਾਫ਼ ਕਰ ਦਿਆਂਗਾ, ਫਸਾਦ ਕਰਨ ਵਾਲੇ ਨੂੰ ਮਾਫ਼ ਨਹੀਂ ਕਰਾਂਗੇ। ਕੁਰਾਨ ਦੀ ਆਇਤ, ਲਾ ਤੁਫਸਿਦੂ ਫਿਲ ਅਰਜ਼, ਮੇਰੀ ਜ਼ਮੀਨ 'ਚ ਫਸਾਦ ਨਾ ਕਰੀ। ਤੂੰ ਠੇਕੇਦਾਰ ਹੈ, ਹੱਕ ਬਿਆਨ ਕਰ ਕੋਈ ਮੰਨੇ ਗਿਆ, ਤੂੰ ਠੇਕੇਦਾਰ ਹੈ, ਤੂੰ ਡਾਂਗ ਲੈ ਕੇ ਖਲੋਗੀ? ਮਖਲੂਕ ਮੇਰੀ ਹੈ, ਤੇਰੇ ਨਾਲ ਟਿੱਲ ਮੇਰੇ ਚੁੱਕ ਹੈ। ਅੱਲਾ ਨਮਾਜ਼ ਪੜ੍ਹਾਉਣੀ ਹੋਵੇ, ਨਮਾਜ਼ ਦੇ ਟਾਈਮ ਸਾਡੇ ਪੇਟ 'ਚੋਂ ਦਰਦ ਕਰ ਦੇਵੇ ਅਤੇ ਉਸ ਵਕਤ ਤੱਕ ਠੀਕ ਨਾ ਹੋਵੇ ਜਦ ਤੱਕ ਸਜਦਾ ਨਾ ਦੇ ਲਵੀਏ, ਕਰ ਨਹੀਂ ਸਕਦਾ ਅਤੇ ਕਿਉਂ ਨਹੀਂ ਕਰਦਾ? ਫਰਮਾਇਆ ਮੈਂ ਜਬਰ ਨਹੀਂ ਚਾਹੁੰਦਾ, ਜੇ ਤਾਕਤ ਨਾਲ ਹੀ ਮਨਵਾਉਣਾ ਤਾਂ ਫਿਰ ਮਨਵਾਇਆ। ਲੋਕਾਂ ਤਰੇ ਸਵਾਲ ਮੈਂ ਤੁਹਾਡੇ 'ਤੇ ਕਰਨਾ ਸੁਨੀਸ਼ੀ, ਆ ਦੋਵੇਂ ਘਰ ਬੈਠੇ ਹੋ, ਇੰਤਜ਼ਾਮੀਆਂ ਦੇ ਬੰਦੇ ਖੜੇ ਨੇ, ਉਹ ਵੇਖੋ ਤੁਹਾਡੇ ਪਿੱਛੇ ਜਨਾਬ ਪੁਲਿਸ ਵਾਲੇ ਬੰਦੇ ਇਸ ਗਰਮੀ 'ਚ ਮਲੇਸ਼ੀਆ ਪਾ ਕੇ ਉਹ ਤੁਪਤੇ ਖਰੋ ਕੇ ਸੁਣਦੇ ਨੇ ਪਏ। ਗੁਜ਼ਾਰਿਸ਼ ਹੈ ਕਸਮ ਕੁਰਾਨ ਦੀ, ਬੰਦੇ ਸੁਣਾਉਣੇ ਹੀ ਨਹੀਂ ਚਾਹੁੰਦੇ ਲੋਕਾਂ ਨੂੰ, ਜੇ ਕੋਈ ਸੁਣਾਉਣਾ ਹੋਵੇ ਤਾਂ ਕਿਉਂ ਨਾ ਦੁਨੀਆ ਸੁਣੇ।
ਤਹਿਲੁ ਕਾਦਰੀ ਸਾਹਿਬ ਸੁਣਾਉਂਦੇ ਨੇ ਅਤੇ 50 ਤੋਂ 60 ਹਜ਼ਾਰ ਦਾ ਮਜਮਾ ਹੁੰਦਾ ਹੈ, ਉਹ ਦਿਲ ਨਹੀਂ ਦੁਖਾਉਂਦਾ, ਤਬਲੀਗ ਕਰਦਾ ਹੈ, ਦੁਨੀਆਂ ਚਲੀ ਜਾਂਦੀ। ਅਸਾਂ ਬੜੀ ਬਹਾਦਰੀ ਬਣਾਈ ਹੈ, ਮੈਂ ਅਗਲੇ 'ਤੇ ਇਤਰਾਜ਼ ਕਰ ਲਿਆ ਅਤੇ ਮੈਂ ਬੜਾ ਜਣਾ ਹੋ ਗਿਆ। ਇਤਰਾਜ਼ ਕਰਨ ਵਾਲਾ ਵੱਡਾ ਨਹੀਂ ਹੁੰਦਾ, ਇਤਰਾਜ਼ ਦੂਰ ਕਰਨ ਵਾਲਾ ਵੱਡਾ ਹੁੰਦਾ। ਇਹ ਤਾਂ ਘਟੀਆ ਜ਼ਿਹਨ ਅਤੇ ਛੋਟੀ ਜ਼ਿਹਨ, ਇਹ ਲਾਇਲਮੀ ਹੈ, ਤਾਲੀਮ ਕੋਈ ਨਹੀਂ। ਇਸ ਕੋਨੇ ਤੋਂ ਲੈ ਕੇ ਉਸ ਕੋਨੇ ਤੱਕ, ਉਸ ਕੋਨੇ ਤੋਂ ਲੈ ਕੇ ਉਸ ਕੋਨੇ ਤੱਕ, ਜਿਹੜਾ ਬੰਦਾ ਗਾਫਲ ਹੋਇਆ, ਮੈਂ ਉਸਦੀ ਸ਼ਿਕਾਇਤ ਰਸੂਲ ਅੱਗੇ ਅੱਜ ਵੀ ਕਰਾਂਗਾ, ਮਸ਼ਰ ਵਾਲੇ ਦਿਨ ਵੀ ਕਰਾਂਗਾ। ਜਿਸ ਬੰਦਾ ਐਕਸੀਡੈਂਟ 'ਚੋਂ ਮਰ ਜਾਂਦਾ ਹੈ, ਉਹਦੀ ਮੌਤ ਹੋ ਜਾਂਦੀ ਹੈ, ਰੋਡ 'ਤੇ ਮਰ ਗਿਆ ਐਕਸੀਡੈਂਟ 'ਚੋਂ, ਉਹਦਾ ਮਈਅਤ ਕਿਨ ਦਿੰਦੇ ਨੇ? ਇੰਝ ਬੋਲੀਦਾ ਜੂੰ ਤੁਸੀਂ ਬੋਲੋ, ਐਡੀ ਇਲਮੀ ਅਤੇ ਸੋਹਣੀ ਤਕਰੀਰ ਸੁਣ ਕੇ ਤਾਂ ਫਿਰ ਇੰਝ ਪੈ ਬੋਲ, ਕਿਨ ਦਿੰਦੇ ਨੇ? ਵਾਰਸ ਹਸਪਤਾਲ 'ਚੋਂ ਮਰ ਜਾਏ, ਫਿਰ ਸਜ਼ਾਏ ਮੌਤ ਹੋ ਜਾਏ ਜੇਲ੍ਹ 'ਚੋਂ, ਫਿਰ ਇਹ ਕਾਨੂੰਨ ਸਿਰਫ ਮੁਸਲਮਾਨਾਂ 'ਚ ਹੀ ਆ? ਉੱਚਾ ਬੋਲਦੇ ਹੋ, ਉੱਚਾ ਬੋਲਦੇ ਹੋ, ਸਾਰੀ ਦੁਨੀਆਂ 'ਚ ਆਓ ਦੁਆ ਖੈਰ ਕਰੇ। ਆਦਮ ਤੋਂ ਲੈ ਕੇ ਕਿਆਮਤ ਤੱਕ ਕਾਨੂੰਨ ਹੈ ਮੇਰੇ ਸ਼ੀਆ ਸੁੰਨੀ ਵਾਲੀ, ਮਰਨ ਦੇ ਬਾਅਦ ਮਈਅਤ। ਇੱਕ ਵਾਰੀ ਮੈਂ ਸੁਣ ਲਵਾਂ, ਬੋਲੋ ਫਿਰ, ਫਿਰ ਮੈਂ ਇੱਕ ਵਾਰੀ ਐਦ ਹੋ ਜਾਏ, ਨਾਮਾ ਅਮਾਲ 'ਚੋਂ ਲਿਖਿਆ ਜਾਏ, ਵਾਰਸ ਨੂੰ ਆਓ ਹੈ ਹੁਣੀ ਮੈਂ ਮਜਲਿਸ ਛੱਡਣਾ ਹੈ, ਗੁੱਗਾ ਵਾਲੇ ਦੀ ਮਸਜਿਦ 'ਚੋਂ ਚੱਲਨੇ ਹਾਂ, ਵੁਜ਼ੂ ਕਰਨੇ ਹਾਂ, ਕਫਨ ਪਾਉਂਦੇ ਹਾਂ, ਪੁੱਤਰ ਲੈਂਦੇ ਹਾਂ, ਧੀਆਂ ਲੈਂਦੇ ਹਾਂ, ਨੂੰਹਾਂ ਲੈਂਦੇ ਹਾਂ, ਪੋਤਰੀਆਂ ਲੈਂਦੇ ਹਾਂ, ਮੁਬਾਲਾ ਕਰ ਲੈਂਦੇ ਹਾਂ, ਸੱਚਾ ਬਚ ਜਾਏਗਾ, ਝੂਠਾ ਗਰਕ ਹੋ ਜਾਏਗਾ। ਆਦਮ ਤੋਂ ਲੈ ਕੇ ਕਿਆਮਤ ਤੱਕ ਜਦਣ ਕਿਸੇ ਦੀ ਮੌਤ ਹੋ ਜਾਏ, ਮਈਅਤ ਵਾਰਸ ਨੂੰ ਦਿੱਤਾ ਜਾਂਦਾ ਹੈ, ਔਰ ਰਸੂਲ ਦੀ ਮੌਤ ਦੇ ਬਾਅਦ ਰਸੂਲ ਦਾ ਮਈਅਤ ਵੇਖ ਲਓ, ਜੇ ਅਸਹਾਬ ਲੈ ਗਏ ਨੇ ਤਾਂ ਉਹ ਵਾਰਸ ਹੈ, ਜੇ ਅਲੀ ਲੈ ਗਿਆ। ਕੋਈ ਸਮਝ ਆ ਰਹੀ ਹੈ ਯਾਰ ਗੱਲ ਦੀ ਕਿ ਨਹੀਂ? ਉੱਚਾ ਬੋਲੋ, ਉੱਚਾ ਬੋਲੋ, ਮਿਲ ਗਏ ਬੋਲੋ, ਹੈਦਰੀ। ਉੱਚਾ ਬੋਲੋ, ਹੈਦਰੀ। ਸਾਡਾ ਜਿਹੜਾ ਦੌਰ ਆਈ ਨਾ ਤਾਲਿਬ ਇਲਮੀ ਦਾ, ਉਸ ਵਕਤ ਟੇਪ ਕੋਈ ਨਹੀਂ ਸੀ, ਰੀਲ ਕੋਈ ਨਹੀਂ ਸੀ, ਸੀਡੀ ਕੋਈ ਨਹੀਂ ਸੀ। ਬਾਬਾ ਜੀ ਇਸ ਤਰ੍ਹਾਂ ਜੀ ਸਾਨੂੰ ਉਸਤਾਦਾਂ ਮਾਰਿਆ ਹੈ, ਅਸਾਂ ਘੰਟਾ ਘੰਟਾ ਕੰਨ ਫੱਦੇ ਨੇ ਧੁੱਪ 'ਤੇ ਖਲੋ ਕੇ। ਹੁਣ ਤਾਂ ਜ਼ਾਕਰੀ ਮੌਜ ਹੋ ਗਈ, ਚਾਰ ਬੰਦੇ ਅੱਗੇ ਪਾ ਲਏ, ਉੱਥੋਂ ਰੀਲ 10 ਰੁਪਈਆਂ ਦੀ ਲਈ, ਜ਼ਾਕਰ ਬਣ ਗਿਆ। ਹੁਣ ਤਾਂ ਕੰਮੇ ਨਾ ਤਾਂ ਹੈ ਕੋਈ ਨਾ, ਨਤੀਜੇ ਹੀ ਕੋਈ ਨਹੀਂ, ਘੰਟੇ ਦੀ ਪੜ੍ਹਾਈ ਹੈ, ਬਾਅਦ 'ਚੋਂ ਬਾਹਰ ਨਿਕਲੋ, ਨਤੀਜਾ ਕੀ ਹੈ? ਮੇਰਾ ਨਾਮੋ ਨਮੂਦ ਅਤੇ ਫੀਸ ਦੇ ਪਿੱਛੇ ਨਾ ਪੈ ਜਾਓ, ਕੁਛ ਕੌਮ ਨੂੰ ਦਿਓ ਵੀ। ਇਹ ਕਰੋੜਾਂ ਰੁਪਏ ਮਜ਼ਦੂਰੀ ਬਣਦੀ ਹੈ ਤੁਹਾਡੀ ਆਈ ਦੀ? ਕੋਈ ਬੰਦਾ 100 ਦੀ ਤਿਹਾੜ ਛੱਡ ਕੇ ਆਇਆ, ਕੋਈ 500 ਦੀ ਤਿਹਾੜ ਛੱਡ ਕੇ ਆਇਆ, ਕੋਈ 1000 ਦੀ ਤਿਹਾੜ ਛੱਡ ਕੇ ਆਇਆ, ਇੱਥੇ ਤੁਹਾਡੇ ਅੱਗੇ ਆ ਕੇ ਮਿੱਟੀ 'ਤੇ ਬਹਿ ਗਏ ਨੇ, ਤੁਹਾਡੀ ਜ਼ਿੰਮੇਵਾਰੀ ਕੋਈ ਨਹੀਂ? ਪਾਗਲ ਬਣਾਏ ਆ ਜੇ ਮਖਲੂਕ ਨੂੰ, ਕੋਈ ਜ਼ਿੰਮੇਵਾਰੀ ਲਓ। ਖਤੀਬ ਜ਼ਿੰਮੇਵਾਰੀ ਲਵੇ, ਜ਼ਾਕਿਰ ਜ਼ਿੰਮੇਵਾਰੀ ਲਵੇ, ਸਾਰੇ ਜ਼ਿੰਮੇਵਾਰੀ ਲਓ, ਕੋਸ਼ਿਸ਼ ਕਰੋ। ਰਤੂ ਵਾਲੀਆ ਜਾਦੂਗਾਰ ਹੈ, ਰੋਜ਼ ਬੰਦੇ ਸ਼ੀਆ ਹੋ ਜਾਂਦੇ ਨਹੀਂ? ਮਿਹਨਤ ਹੀ ਹੈ, ਦਲੀਲ ਹੀ ਹੈ, ਪਿਆਰ ਮੁਹੱਬਤ ਹੈ, ਸਮਝਾਈਦਾ, ਲੋਕ ਸਮਝਦੇ। ਜੈ ਜੈ ਬਸ ਇਤਨਾ ਹੀ ਪੜ੍ਹ।